ਭਾਵੇਂ ਕਿ ਜ਼ਿਲ੍ਹਾ ਰੂਪਨਗਰ ਪੁਲਿਸ ਪ੍ਰਸ਼ਾਸਨ ਵੱਲੋਂ ਨਾਜਾਇਜ਼ ਮਾਈਨਿੰਗ ਤੇ ਸਖਤੀ ਵਿਖਾਉਂਦਿਆਂ ਜ਼ਿਲ੍ਹੇ ਦੇ ਵਿੱਚ ਇਸ ਗੋਰਖ ਧੰਦੇ ਨੂੰ ਬੰਦ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ, ਪਰੰਤੂ ਇਸ ਦੇ ਬਾਵਜੂਦ ਮਾਈਨਿੰਗ ਮਾਫੀਆ ਰਾਤ ਦੇ ਹਨੇਰੇ ਦੇ ਵਿੱਚ ਇਸ ਗੋਰਖ ਧੰਦੇ ਨੂੰ ਚਲਾਉਣ ਤੇ ਲੱਗਾ ਹੋਇਆ ਹੈ। ਤਾਜ਼ਾ ਮਾਮਲਾ ਜ਼ਿਲ੍ਹਾ ਰੂਪਨਗਰ ਤੇ ਪਿੰਡ ਗਰੇਵਾਲ ਦਾ ਹੈ, ਜਿੱਥੇ ਪਿੰਡ ਵਾਸੀਆਂ ਵੱਲੋਂ ਨਾਜਾਇਜ਼ ਮਾਈਨਿੰਗ ਕਰ ਰਹੇ ਇੱਕ ਵਿਅਕਤੀ ਨੂੰ ਟਰੈਕਟਰ ਟਰਾਲੀ ਸਮੇਤ ਘੇਰ ਲਿਆ ਗਿਆ ਤੇ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਕੰਟਰੋਲ ਰੂਮ ਤੇ ਫੋਨ ਕਰਕੇ ਮੌਕੇ ਤੇ ਪੁਲਿਸ ਸੱਦੀ ਗਈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਟਰੈਕਟਰ ਟਰਾਲੀ ਅਤੇ ਇਸ ਦੇ ਮਾਲਕ ਨੂੰ ਹਿਰਾਸਤ ਦੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਆਓ ਜਾਣਦੇ ਹਾਂ ਇਸ ਮੌਕੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ। ਅਸਲ 'ਚ ਮਾਮਲਾ ਇਸ ਤਰ੍ਹਾਂ ਹੈ ਜੀ, ਅਸੀਂ ਆ ਰਹੇ ਸੀਗੇ ਅਤੇ ਸਾਡੇ ਨਹਿਰ ਦੇ ਨਾਲੋਂ ਜਿਹੜੀ ਹੈਗੀ ਹੈ ਜੀ ਐਸ ਵਾਈ ਨਹਿਰ ਦਾ ਰੈਂਪ ਉਤਰਦਾ ਹੈ ਅਤੇ ਸੜਕ ਦੇ ਨਾਲੋਂ ਇਹ ਮਿੱਟੀ ਪੱਟ ਰਹੇ ਸੀਗੇ ਅਤੇ ਟਰਾਲੀ ਭਰ ਕੇ ਸਾਨੂੰ ਦੇਖ ਕੇ ਜਦੋਂ ਬੰਦਿਆਂ ਦੇ ਸਾਨੂੰ ਫੋਨ ਆਇਆ ਅਤੇ ਟਰਾਲੀ ਭਰ ਕੇ ਇਹਨਾਂ ਨੇ ਭਜਾ ਲਈ, ਅਸੀਂ ਪਿੰਡ ਦੇ ਕੋਲੇ ਟਰਾਲੀ ਰੋਕ ਲਈ ਆ। ਇਹ ਕਿਹੜੇ ਪਿੰਡ ਦਾ ਮਾਮਲਾ, ਕਿੱਥੇ ਦਾ ਜੀ? ਇਹ ਪਿੰਡ ਫੂਲਪੁਰ ਗਰੇਵਾਲ ਦਾ ਜੀ, ਅਤੇ ਜਿਹੜਾ ਟਰਾਲੀ ਦਾ ਚਾਲਕ ਸੀਗਾ ਜੀ ਉਹਨੂੰ ਅਸੀਂ ਮੌਕੇ 'ਤੇ ਫੜਿਆ ਜੀ, ਟਰਾਲੀ ਵੀ ਫੜ ਲਈ ਆ ਅਤੇ ਅਸੀਂ ਉਦੋਂ ਹੀ ਪੁਲਿਸ ਨੂੰ ਫੋਨ ਕਰਤਾ ਸੀ ਕੰਟਰੋਲ ਰੂਮ, ਅਤੇ ਜਦੋਂ ਪੁਲਿਸ ਨੇ ਆ ਕੇ ਜੀ ਮੌਕੇ 'ਤੇ ਮਾਲਕ ਜਿਹੜਾ ਸੀਗਾ ਜੀ ਜਗਮੋਹਨ ਸਿੰਘ ਕੋਟਲਾ ਨਿਹੰਗ ਨਿਵਾਸੀ ਆ ਜੀ, ਅਤੇ ਜਿਹੜੀ ਟਰਾਲੀ ਭਰੀ ਹੋਈ ਸੀਗੀ ਜੀ ਉਹਨੂੰ ਅਸੀਂ ਪੁਲਿਸ ਦੇ ਹਵਾਲੇ ਕਰਤਾ ਸੀਗਾ ਜੀ ਅਤੇ ਉਹ ਪੁਲਿਸ ਉਹਨਾਂ ਨੂੰ ਲੈ ਗਈ ਹੈ ਜੀ। ਅਤੇ ਕਿੰਨੀ ਕੁ ਦੇਰ ਤੋਂ ਚੱਲ ਰਿਹਾ ਸੀ ਇਹ ਸਾਰਾ ਜਿਹੜਾ ਮਾਈਨਿੰਗ ਦਾ ਮਾਮਲਾ ਹੈ? ਇਹ ਸਾਰਾ ਅਸਲ ਦੇ ਵਿੱਚ ਜਿਹੜਾ 3-4 ਦਿਨ ਪਹਿਲਾਂ ਵੀ ਇਹਨਾਂ ਨੇ ਇੱਥੋਂ ਟਰਾਲੀਆਂ ਟਰੁਲੀਆਂ ਭਰੀਆਂ ਨੇ, ਇਹਨਾਂ ਨੂੰ ਪਹਿਲਾਂ ਵੀ ਵਾਰਨ ਕੀਤਾ ਸੀਗਾ ਅਤੇ ਵਰਬਲੀ ਤੌਰ 'ਤੇ ਵੀ ਵਾਰਨ ਕੀਤਾ ਗਿਆ ਸੀ, ਇਹਨਾਂ ਨੇ ਗੱਲਬਾਤ ਕਰਨ ਦੀ ਗੱਲ ਕੀਤੀ ਸੀ ਪਰੰਤੂ ਇਹਨਾਂ ਨੇ ਦੁਬਾਰਾ ਫਿਰ ਕੋਈ ਗੱਲਬਾਤ ਨਹੀਂ ਕਰੀ। ਹੁਣ ਬਿਲਕੁਲ ਹੀ ਇਹਨਾਂ ਨੇ ਮਤਲਬ ਨਹਿਰ ਦੀ ਜਿਹੜੀ ਆਪਾਂ ਪਟੜੀ ਉਤਰਦੀ ਹੈ ਉਹਦੇ ਨਾਲੋਂ ਮਿੱਟੀ ਚੱਕੀ ਹੈ, ਜਿਹੜੀ ਕਿ ਅਸੀਂ ਕਲੱਬ ਵੱਲੋਂ ਪੰਚਾਇਤ ਵੱਲੋਂ ਇਲਾਕੇ ਦੀਆਂ ਜਦੋਂ 12 'ਚ ਮਾਈਨਿੰਗ ਬੰਦ ਸੀਗੀ ਉਦੋਂ ਅਸੀਂ ਮਿੱਟੀ ਮਤਲਬ ਪੱਲਿਓਂ ਪੈਸੇ ਖਰਚ ਕੇ ਜਿਹੜੀ ਅਸੀਂ ਤਕਰੀਬਨ 7-8 ਲੱਖ ਰੁਪਏ ਖਰਚ ਕੇ ਕੋਟਲੇ ਨਿਹੰਗ ਤੱਕ ਜਿਹੜੀ ਮਿੱਟੀ ਪਾਈ ਸੀਗੀ ਅਤੇ ਜਿਹੜੀ ਹੁਣ ਸੜਕ ਬੜੀ ਮੁਸ਼ਕਲ ਦੇ ਨਾਲ ਅਸੀਂ ਮਤਲਬ ਨਵੀਂ ਬਣਵਾ ਰਹੇ ਹਾਂ ਬੜੀ ਪ੍ਰਸ਼ਾਸਨ ਦੀਆਂ ਮਿੰਨਤਾਂ ਮੁੰਨਤਾਂ ਕਰਕੇ, ਅਤੇ ਪਰ ਇਹਨਾਂ ਨੇ ਮਤਲਬ ਇੰਨਾ ਕੁ ਲਾਲਚ ਵੱਧ ਗਿਆ ਇਹਨਾਂ ਦੇ ਵਿੱਚ ਵੀ ਇਹਨਾਂ ਨੇ ਜਿਹੜੀ ਸੜਕ ਦੀ ਹੁਣ ਸਰਕਾਰੀ ਪ੍ਰੋਪਰਟੀ ਨੂੰ ਵੀ ਜਿਹੜਾ ਵੀ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਆ, ਉਹ ਵੀ ਰਾਤ ਦੇ ਹਨੇਰੇ ਦੇ ਵਿੱਚ। ਉੱਥੇ ਇਸ ਬਾਰੇ ਸਬ ਇੰਸਪੈਕਟਰ ਬਖਸ਼ਿਸ਼ ਸਿੰਘ ਦਾ ਕੀ ਕਹਿਣਾ ਹੈ, ਜ਼ਰਾ ਸੁਣੋ। ਸਰ, ਮਾਈਨਿੰਗ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ, ਕੀ ਜਾਣਕਾਰੀ ਹੈਗੀ ਹੈ, ਕੀ ਕਾਰਵਾਈ ਕੀਤੀ ਗਈ ਜੀ? ਪਿੰਡ ਫੂਲਪੁਰ ਗਰੇਵਾਲ ਦੇ ਵਸਨੀਕਾਂ ਵੱਲੋਂ ਕੰਟਰੋਲ ਰੂਮ 'ਤੇ ਇਤਲਾਹ ਦਿੱਤੀ ਸੀਗੀ ਕਿ ਇੱਕ ਟਰੈਕਟਰ ਟਰਾਲੀ ਉਹਨਾਂ ਨੇ ਰੋਕੇ ਹੋਏ ਆ ਅਤੇ ਅਸੀਂ ਮੌਕੇ 'ਤੇ ਗਏ ਅਤੇ ਮੌਕੇ 'ਤੇ ਜਾ ਕੇ ਜਗਮੋਹਨ ਸਿੰਘ ਨਾਂ ਦਾ ਬੰਦਾ ਸਾਨੂੰ ਮਿਲਿਆ ਉਹਨਾਂ ਦੇ ਕੋਲ ਸੀਗਾ ਜਿਹੜਾ, ਅਤੇ ਪਿੰਡ ਵਾਸੀਆਂ ਦੇ ਸਟੇਟਮੈਂਟ ਦੇ ਉੱਤੇ ਉਹਦੇ ਖਿਲਾਫ਼ FIR ਦਰਜ ਕੀਤੀ, ਉਹਦੇ ਟਰੈਕਟਰ ਟਰਾਲੀ ਜਿਹੜੀ ਮਿੱਟੀ ਨਾਲ ਲੋਡਡ ਸੀਗੀ ਉਹਨੂੰ ਕਬਜ਼ੇ 'ਚ ਲੈ ਕੇ ਜਗਮੋਹਨ ਸਿੰਘ ਅਰੈਸਟ ਕੀਤਾ ਹੈ ਅਤੇ ਮਾਈਨਿੰਗ ਐਕਟ ਦਾ FIR ਦਰਜ ਕੀਤੀ ਹੈ ਅਤੇ ਅੱਜ ਉਹਨੂੰ ਕੋਰਟ ਪੇਸ਼ ਕਰਾਂਗੇ। ਠੀਕ ਹੈ, ਅਤੇ ਹੋਰ ਵੀ ਇਹਦੇ 'ਚ ਜਾਂਚ ਕੀਤੀ ਜਾਵੇ ਕਿ ਜਿਹੜੀ ਮਿੱਟੀ ਕਿੱਥੋਂ ਭਰ ਕੇ ਲੈ ਲਈ ਹੈ, JCB ਵਗੈਰਾ ਕਿਹੜੇ ਸਾਧਨਾਂ ਖਾਏ? ਹਾਂ, ਉਹਦੀ ਤਫਤੀਸ਼ ਕੀਤੀ ਜਾ ਰਹੀ ਹੈ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਰਿਪੋਰਟ ਦੇ ਨਾਲ ਦੀ TVNRI।